ਕੱਲ ਰਾਤ ਆਈ ਤੇਜ਼ ਹਨੇਰੀ ਦਾ ਕਹਿਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲਿਆ। ਕਿਤੇ ਅਗਨੀਕਾਂਡ ਵਾਪਰ ਗਿਆ ਤਾਂ ਕਿਤੇ ਤੇਜ਼ ਹਨੇਰੀ ਨੇ ਲੋਕਾਂ ਦਾ ਵੱਡਾ ਨੁਕਸਾਨ ਕਰ ਦਿੱਤਾ। ਇਹ ਤਸਵੀਰਾਂ ਭਵਾਨੀਗੜ੍ਹ ਤੋਂ ਸਾਹਮਣੇ ਆਈਆਂ ਨੇ, ਜਿੱਥੇ ਭਿਆਨਕ ਤੂਫਾਨ ਦੇ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਮੱਝਾਂ ਗਾਵਾਂ ਦੇ ਲਈ ਰੱਖਿਆ ਚਾਰਾ ਵੀ ਸੜ ਕੇ ਸਵਾਹ ਹੋ ਗਿਆ ਹੈ ਅਤੇ ਇਸ ਹਨੇਰੀ ਦੇ ਕਾਰਨ ਇੱਕ ਗਰੀਬ ਮਜ਼ਦੂਰ ਦੀ ਮੱਝ ਵੀ ਸੜ ਕੇ ਸਵਾਹ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਹਨੇਰੀ ਦੇ ਕਾਰਨ ਖੇਤਾਂ ਦੇ ਵਿੱਚ ਵੀ ਅੱਗ ਲੱਗੀ ਅਤੇ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਗਾਵਾਂ ਮੱਝਾਂ ਦੇ ਲਈ ਰੱਖਿਆ ਚਾਰਾ ਜਿੱਥੇ ਸੜ ਕੇ ਸਵਾਹ ਹੋਇਆ ਤਾਂ ਉੱਥੇ ਹੀ ਜਾਨਵਰਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ। ब्यूरो रिपोर्ट अज दी आवाज़। हाँ जी, अपना नाम जी? जग्गा सिंह जी। जग्गा सिंह जी, किवें वरतिया भाणा जिहड़ा इह कदों लगी अग? 12:30 बजे रात लगी जी अग। ठीक है। हाँ जी, जदों तेज़ हनेरी आई है जी। किधरों अग एंटर हुई? इत्थों ही आई है, सूए दे नेड़े तो। ये नहीं पता अगों आई है पिछों आई है, इत्थों आई है, सानूं तां लगे तो पता लग्गिया जी। ठीक है। की समान जलिया इत्थे? इत्थे 3 कुप सी जी। ठीक है। 3 कुप जलण तो बाद जी फिर बरांडे च एंटर हुई है जी। ठीक है। हाँ, फिर जाके असी कोशिश की, साढ़े तो नहीं बुझी जी। ठीक है। जो बरांडे च एंटर हुई, किन्ने डंगर सी अंदर? साढ़े डंगर अंदर 4 मझां सी, 4 डंगर सी, 3 बच्चे ही इन्होंने। ठीक है। हाँ, लगभग 7 डंगर सी, छोटे बड़े। ठीक है। हाँ जी। ते देख रहे हैं कि गां दा तां नुकसान बड़ा हो गया? हाँ, गां तां मौके ते पूरी हो गई उत्थे। अच्छा। हाँ, बाकी आ तुहाडे सामने नहीं हालत उन्हां दी। ठीक है। हाँ जी। इन्हां दा भी मास पूरा सड़ चुक्या? हाँ जी, पूरा मास सड़ चुक्या जी इन्हां दा। ठीक है। हाँ जी। तुहानूं कदों पता कदों लग्गिया? सानू तकरीबन लगभग मौके ते पता लग गया जी, 5-4 मिनट बाद पता लग्गिया जी अग लगण तो बाद। ਅਸੀਂ ਤਾਂ ਉਦੋਂ ਹੀ ਦੇਖਿਆ ਨਹੀਂ ਜਦੋਂ ਸਾਨੂੰ ਧੂਏ ਦਾ ਪਤਾ ਲੱਗਿਆ ਵੀ ਅੱਗ ਉਧਰ ਲੱਗ ਗਈ ਜੀ। ਠੀਕ ਹੈ। ਤੇ ਫਿਰ ਅਸੀਂ ਭੱਜ ਨੱਠ ਕੀਤੀ ਜੀ। ਅੱਛਾ, ਬਾਲਟੀਆਂ ਨਾਲ ਪਾਣੀ? ਬਾਲਟੀਆਂ ਨਾਲ, ਹਾਂ ਜੀ। ਹਾਂ, ਸਾਰਾ ਸਾਡਾ ਮਹੱਲਾ ਆ ਗਿਆ ਜੀ, ਮਹੱਲਾ ਸਾਰਾ ਇਕੱਠਾ ਹੋ ਗਿਆ ਜੀ, ਬਾਲਟੀਆਂ ਨਾਲ ਪਾਇਆ ਜੀ, ਨਹੀਂ ਕਾਬੂ ਆਈ। ਫਿਰ ਅਸੀਂ ਉੱਥੋਂ ਹਾਂ ਫਾਇਰ ਬ੍ਰਿਗੇਡ ਮੰਗਵਾਈ। ਕਿੰਨਾ ਨੁਕਸਾਨ ਹੋ ਗਿਆ ਟੋਟਲ? ਨੁਕਸਾਨ ਲਗਭਗ 5-6 ਲੱਖ ਦਾ ਹੋ ਹੀ ਗਿਆ ਜੀ। ਠੀਕ ਹੈ। ਸ਼ੈੱਡ ਵੀ ਸਾਡਾ ਸਾਰਾ, ਬਾਲੇ ਛੱਤ ਸਾਰੀ ਹੋ ਗਈ ਜੀ। ਤੇ ਤੂੜੀ ਸੜ ਗਈ ਜੀ। ਠੀਕ ਹੈ। ਤੂੜੀ ਤਾਂ ਤਕਰੀਬਨ ਸਾਰੀ ਖਤਮ ਹੋ ਗਈ ਜੀ। ਤੂੜੀ ਤਾਂ ਖਤਮ ਹੈ ਯਾਰ, ਦੇਖ ਲਓ ਤੁਹਾਡੇ ਸਾਹਮਣੇ। ਇਹ ਡੰਗਰ ਖਾਂਦੇ ਨਹੀਂ ਜੀ ਹੁਣ, ਇਹ ਕੌੜੀ ਹੋ ਜਾਂਦੀ ਹੈ। ਜਿੱਥੇ ਤੂੜੀ ਨੂੰ ਇੱਕ ਵਾਰੀ ਅੱਗ ਲੱਗ ਜਾਂਦੀ ਹੈ, ਡੰਗਰ ਨਹੀਂ ਖਾਂਦੇ ਜੀ ਉਹਨੂੰ। ਠੀਕ ਹੈ। ਹਾਂਜੀ। ਕੀ ਮੰਗ ਕਰ ਰਹੇ ਸਰਕਾਰ ਤੋਂ? ਤਾਂ ਅਸੀਂ ਇਹੀ ਮੰਗ ਕਰਦੇ ਹਾਂ, ਜੋ ਸਾਡਾ ਨੁਕਸਾਨ ਹੋਇਆ ਜੀ, ਸਾਨੂੰ ਬੇਨਤੀ ਹੈ ਸਾਨੂੰ ਦਿੱਤਾ ਜਾਵੇ ਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਕੁਲਜੀਤ ਸਿੰਘ ਹੈ ਜੀ, ਮੈਂ ਨੰਬਰਦਾਰ ਹਾਂ ਜੀ ਪਿੰਡ ਦਾ। ਠੀਕ ਹੈ ਜੀ। ਕੁਲਜੀਤ ਸਿੰਘ ਜੀ, ਕਿਵੇਂ ਵਾਪਰੀ ਘਟਨਾ ਜੀ ਇਹ? ਤਕਰੀਬਨ ਰਾਤ ਨੂੰ ਸੰਤਾ ਵੇਖੋ ਤਾਂ ਇਸ ਤਰ੍ਹਾਂ ਲੱਗੀ ਵੀ ਸਵੇਰੇ ਪਤਾ ਲੱਗਿਆ। ਠੀਕ ਹੈ। ਸਵੇਰੇ ਹੀ ਉਦੋਂ ਇੱਥੇ ਇਹਨਾਂ ਕੋਲ ਆ ਗਿਆ ਵੀ ਕਿਵੇਂ ਹੋਇਆ। ਇਹ ਕਹਿੰਦੇ ਵੀ ਇੱਧਰ ਸੂਏ ਇੱਧਰਲੇ ਪਾਸੋਂ ਅੱਗ ਆਈ ਆ ਵੀ ਭੂਕੇ ਮਾਰਦੇ ਹਾਂ। ਬਹੁਤ ਕੁਛ ਕੀਤੀ ਅੱਗ ਬੁਝਾਉਣ ਦੀ। ਵੀ ਫਿਰ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਵੀ ਉਹ ਤਕਰੀਬਨ 2 ਵਜੇ ਪਹੁੰਚੀ ਗੱਡੀ। ਉਹ ਪੂਰੇ ਪੂਰੀ ਮਦਦ ਨਾਲ 3-4 ਘੰਟੇ ਅੱਗ ਉਹਦੇ ਕਾਬੂ ਪਾਇਆ ਗਿਆ। ਉਸ ਤੋਂ ਪਹਿਲਾਂ ਜਿਹੜੀ ਗਾਂ ਇੱਕ ਦੀ ਮਰ ਚੁੱਕੀ ਸੀ। ਇਹ ਡੰਗਰ ਜੇ ਝੁਲਸੇ ਗਏ ਨੇ, ਇਹਨਾਂ ਬਹੁਤ ਹਿੰਮਤ ਨਾਲ ਇਹ ਡੰਗਰ ਖੋਲ੍ਹਣ ਦੇ ਬਾਹਰ ਨਿਕਲ ਕੇ ਭੱਜ ਗਏ ਨੇ। ਫਿਰ ਵੀ ਇਹਨਾਂ ਦੇ ਅੰਦਰੋਂ ਜੇ ਬਾਲਿਆਂ ਵਾਲੀ ਛੱਤ ਹੈ, ਸਰਕੜਾ ਪਾਇਆ ਸੀਗਾ, ਸਾਰਾ ਸੜ ਚੁੱਕਿਆ। ਹੁਣ ਇਹ ਦੋਨੇ ਗਰੀਬ ਆਦਮੀ ਨੇ ਜੀ। ਉਹ ਮਜਵੀ ਸਿੰਘ ਜੱਗਾ ਸਿੰਘ ਹੈ ਜੀ, ਇਹ ਜਗਸੀਰ ਸਿੰਘ ਰਮਦਾਸ ਹੀ ਹੈ। ਦੋਨਾਂ ਨੇ ਤੂੜੀ ਮੁੱਲ ਲੈ ਕੇ ਪਾਈ ਹੋਈ ਹੈ। ਉਹ ਟਾਈਮ ਤੂੜੀ ਦਾ ਸੀਜ਼ਨ ਪੂਰਾ ਚੱਲਦਾ, ਉਦੋਂ ਹਰ ਇੱਕ ਜ਼ਿਮੀਂਦਾਰ 700 ਰੁਪਏ ਕੁਇੰਟਲ ਤੂੜੀ ਨਹੀਂ ਦਿੰਦਾ ਜੀ। ਜਦੋਂ ਪੂਰਾ ਸੀਜ਼ਨ ਚੱਲਦਾ ਨੇ ਟਰਾਲੀ 'ਚ 5-4 ਕੁਇੰਟਲ ਤੂੜੀ ਦੀ ਪੰਜ ਹੁੰਦੀ ਹੈ। ਉਹ ਕਹਿੰਦਾ ਮੈਂ 4000 ਤੂੜੀ ਦਾ ਲੈਣਾ ਜੀ। ਉਦੋਂ ਮਜਬੂਰੀ 'ਚ ਲੈਣੀ ਪੈਂਦੀ, ਕੋਈ ਸਾਲ ਭਰ ਪਾਉਣੀ ਹੈ ਜੀ ਅਸੀਂ ਨੇ। ਹੁਣ 1.5 ਲੱਖ ਦਾ ਨੁਕਸਾਨ ਤਾਂ ਇਸ ਦਾ ਵੀ ਤੂੜੀ ਧੂਆਂ ਨੇ ਕਰਿਆ ਜੀ। ਹੁਣ ਇਹਦੀ ਤੂੜੀ ਇਹ ਵੀ ਕਿੱਥੋਂ ਪਾਊਗਾ ਜੀ? ਜੇ ਤੂੜੀ ਕੰਮ ਮੁੱਲੂਗਾ ਤਾਂ ਪਾਊਗਾ। ਵੱਡਾ ਨੁਕਸਾਨ, ਬਹੁਤ ਵੱਡਾ ਨੁਕਸਾਨ ਆ। ਸਰਕਾਰ ਨੂੰ ਚਾਹੀਦਾ ਜਿੰਨਾ ਵੀ ਹੋਵੇ ਇਹਨਾਂ ਦਾ ਮੁਆਵਜ਼ਾ ਵੱਧ ਤੋਂ ਵੱਧ ਦੇ ਕੇ ਇਹਨਾਂ ਮਜ਼ਦੂਰਾਂ ਦੀ ਮਦਦ ਕੀਤੀ ਜਾਵੇ। ਅਸੀਂ ਤਾਂ ਇੰਨਾ ਹੀ ਕਹਿਣਾ ਚਾਹੁੰਦੇ ਵੀ ਜੇ ਸਰਕਾਰ ਮਦਦ ਕਰੂਗੀ, ਸਭ ਤੋਂ ਵੱਧ ਕਰਨੀ ਚਾਹੀਦੀ ਹੈ। ਸਰਕਾਰਾਂ ਇਸੇ ਵਾਸਤੇ ਹੁੰਦੀਆਂ ਨੇ ਵੀ ਹਰੇਕ ਗਰੀਬ ਆਦਮੀ ਮਦਦ ਕਰਨ। ਠੀਕ ਹੈ। ਹਾਂਜੀ। ਜਗਸੀਰ ਸਿੰਘ ਜੀ। ਜਗਸੀਰ ਜੀ, ਕਿੰਨਾ ਨੁਕਸਾਨ ਹੋਇਆ ਆਪਣਾ? ਮੇਰਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ। ਅੱਛਾ, ਕੀ ਸੀ ਆਪਣਾ ਕੁੱਪ? 2 ਕੁੱਪ ਤੇ ਜੀ ਇੱਥੇ। ਅੱਛਾ। ਹਾਂਜੀ, 2 ਕੁੱਪ ਸੜ ਗਏ। ਬਿਲਕੁਲ ਸੜ ਗਏ ਜੀ। ਅੱਛਾ, ਅੱਗ ਕਿੱਧਰੋਂ ਆਈ? ਕਿੰਨੇ ਕੁ ਵਜੇ ਲੱਗੀ ਅੱਗ? 12:30 ਵਜੇ ਲੱਗੀ ਜੀ, ਇੱਧਰੋਂ ਆਈ ਜੀ। ਠੀਕ ਹੈ। ਅੱਛਾ, ਜਦੋਂ ਪੂਰੀ ਤੇਜ਼ ਹਨੇਰੀ ਚੱਲਦੀ ਸੀ, ਅੱਗ ਉਦੋਂ ਪੂਰੀ ਚੱਲ ਰਹੀ ਸੀ, ਫੁੱਲ ਭੌਂਕੇ ਚੱਲ ਰਹੇ ਤੇ ਜੀ ਅੱਗ ਦੇ। ਠੀਕ ਹੈ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ, ਘੱਟੋ ਘੱਟ। ਠੀਕ ਹੈ। 2 ਕੁੱਪ ਬਿਲਕੁਲ ਸੜ ਗਏ। ਬਿਲਕੁਲ ਸੜ ਕੇ ਉਹ ਪਏ ਨੇ ਸਵਾਹ ਹੋਏ। ਕੀ ਮੰਗ ਕਰਦੇ ਹੋ? ਮੰਗ ਹੀ ਬਸ ਜਿਹੜਾ ਆਪਣਾ ਨੁਕਸਾਨ ਹੋਇਆ ਸਾਨੂੰ ਬਣਦਾ ਸਾਡਾ ਹੱਕ ਮਿਲ ਜੀ। ਠੀਕ ਹੈ। ਬਾਬਾ ਜੀ, ਤੁਹਾਡਾ ਨਾਮ? राम सिंह। राम सिंह, कितना नुकसान हुआ? नुकसान बहुत हुआ है, साढ़े सामने आज अजे तक कुछ नहीं। गवांढी मच गए बेचारे, उन्हें डंगर भी मच गए। दसो की करांगे, गरीब आदमी वो भी दर-दर फिरते हैं, असी भी दर-दर फिरते हैं। असी की कहिए किसी नूं? ਕਿਹੜੀ ਸਰਕਾਰ ਆ, ਕੋਈ ਸੁਣਦੀ ਨਹੀਂ ਹੈਗੀ। ਤੁਹਾਡਾ ਨੁਕਸਾਨ ਕਿੰਨਾ ਹੋ ਗਿਆ? ਕਿਵੇਂ ਸਾਡਾ, ਮੇਰੇ ਸਾਰੇ ਕੱਪੜੇ ਤਾਂ ਬਾਹਰ ਸਿੱਟਤੇ ਜੀ, ਹਜੇ ਆ ਪਏ ਨੇ। ਇਹ ਕਿਹੜਾ ਪਾਉਣ ਵਾਲੇ? ਸਾਡੇ ਪਾਉਣ ਵਾਲੇ ਕੱਪੜੇ ਵੀ ਨਹੀਂ ਬਚੇ। ਅੱਛਾ, ਕੰਧ ਵਿੱਚ ਦੀ ਆ ਗਈ ਅੱਗ? ਹਾਂ, ਪਤਾ ਨਹੀਂ ਕਿੱਥੋਂ ਆ ਗਈ ਕਿੱਥੋਂ ਨਹੀਂ। ਬਾਹਰੇ ਦੇਖ ਲਓ, ਸਾਰੀ गहारी मची पई है की करिए असीं साडे गरीब भाई ने वो भी जिन्हां दा बेचारा दा इन्ना नुकसान हां वो भी साडे गरीब भाई ने इन्हां दी मैसां डंगर मर गए उत्थे की है कीड़ी सरकार कोई नहीं सब वोटां वाले आउंदे ने किसी की कोई नहीं सुनदा हैगा सरकार तो असीं कहना भी साडा कारोबार हो जाए साडे कपड़े कोई सानू कुछ तां मिले तां सही पर दिंदी सरकार की है कुछ नहीं दिंदी लारे लाउंदी है।